ਬਾਬਾ ਜੀ ਅਸੀਂ ਤਾਂ ਇੱਕ ਹੀ ਆ ਸਾਰੇ, ਅਸੀਂ ਤਾਂ ਇੱਕ ਹੀ ਆ, ਇੱਕੋ ਨਾਲ ਹੀ ਆ ਸਿੰਘ। ਕੋਈ ਵੀ ਆ ਜਾਏ, ਜੇ ਮੋਨਾ ਆ ਜਾਏ ਉਹ ਸਾਨੂੰ ਫਤਿਹ ਬੁਲਾਉਂਦਾ, ਅਸੀਂ ਵੀ ਫਤਿਹ ਬੁਲਾਉਂਦੇ ਹਾਂ। ਇਹ 'ਚ ਕੋਈ ਗਲਤ ਗੱਲ ਆ? ਉਹ ਰਾਮ ਰਾਮ ਬੁਲਾਵੇ, ਅਸੀਂ ਵੀ ਰਾਮ ਰਾਮ ਬੁਲਾ ਲੈਂਦੇ ਹਾਂ। ਅਸੀਂ ਗੁਰੂ ਦੀਆਂ ਫੌਜਾਂ, ਬੁੱਢੇ ਦਲ ਤੋਂ ਤਰਨਾ ਦਲ ਕੋਈ ਇੰਨੀ ਰਫਲੇ ਆ ਨਾ ਬਾਬਾ ਜੀ, ਅਸੀਂ ਪੂਰੇ ਹਿੰਦੁਸਤਾਨ 'ਤੇ ਕਬਜ਼ਾ ਕਰ ਸਕਦੇ ਹਾਂ, ਪਰ ਅਸੀਂ ਤਾਂ ਚੁੱਪ ਬਹਿ ਜਾਂਦੇ ਹਾਂ ਕਿਉਂਕਿ ਆਪਣੇ ਦੇਸ਼ ਦਾ ਅਤੇ ਆਪਣੀ ਜਿਹੜੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ। ਭਾਈ ਅੰਮ੍ਰਿਤਪਾਲ ਸਿੰਘ ਵਰਗਾ ਜੀ ਉਹਦਾ ਕੋਈ ਹੋਇਆ ਨਹੀਂ ਮੈਨੂੰ ਲੱਗਦਾ, ਬਹੁਤ ਚੜ੍ਹਦੀ ਕਲਾ ਭਾਈ ਸਾਹਿਬ ਦੀ, ਜਿਨ੍ਹਾਂ ਨੇ ਨਸ਼ੇ ਨੂੰ ਇੱਕ ਲਾਈਨ 'ਚ ਲਿਆ ਤਾਂ ਨਸ਼ਾ ਹੀ ਖਤਮ ਕਰਤਾ, ਐਂ ਲੱਗ ਗਿਆ ਸੀ ਮੈਨੂੰ। ਪਰ ਜਦੋਂ ਦਾ ਇਹ ਭਗਵੰਤ ਮਾਨ ਆਇਆ, ਇਹਨੇ ਨਸ਼ਾ ਵਧਾਇਆ, ਗੁਰਦੁਆਰਾ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਆ ਉੱਥੇ ਵੀ ਹਮਲਾ ਕਰਵਾਇਆ, ਅਕਾਲ ਤਖਤ ਸਾਹਿਬ ਨੂੰ ਘੇਰਾ ਪਵਾਇਆ, ਆਨੰਦਪੁਰ ਸਾਹਿਬ ਨੂੰ ਘੇਰਾ ਪਵਾਇਆ, ਅਤੇ ਅੰਮ੍ਰਿਤਪਾਲ ਸਿੰਘ ਵਰਗੇ ਯੋਧਿਆਂ ਨੂੰ ਜੇਲ੍ਹਾਂ 'ਚ ਬੰਦ ਕਰਾਇਆ। ਇੱਕ ਜਵਾਕ ਲਾ ਲਓ, ਉਹ 3 ਸਾਲ ਦਾ ਵਾ, ਜਦੋਂ ਉਹ 3 ਸਾਲ ਦਾ ਹੁੰਦਾ ਵਾ ਅਤੇ ਉਹਨੂੰ ਮੋਬਾਈਲ ਫੜਾ ਦਿੰਦੇ ਆ, ਉਹ ਮੋਬਾਈਲ ਨਹੀਂ ਛੱਡਦਾ, 18 ਸਾਲ ਦਾ ਹੋ ਜਾਂਦਾ ਵਾ। ਬਾਅਦ ਵਿੱਚ ਉਹਨੂੰ ਇਹ ਦੱਸਦੇ ਆਪਾਂ ਕਿ ਆਹ ਸ਼ਾਹਰੁਖ ਖਾਨ ਕੌਣ ਹੈ, ਸਲਮਾਨ ਖਾਨ ਕੌਣ ਹੈ, ਉਹ ਉਹੋ ਜਿਹੇ ਵਾਲ ਕਟਾ ਲੈਂਦਾ ਵਾ, ਬਾਅਦ 'ਚ ਗੰਦੀ ਪੀੜ੍ਹੀ 'ਚ ਲੱਗ ਜਾਂਦਾ, ਨਸ਼ਾ ਲੱਗ ਜਾਂਦਾ ਵਾ, ਹਾਰਟ ਮੋਬਾਈਲ ਤੋਂ ਨਿਕਲ ਕੇ ਵਾਹਿਗੁਰੂ ਦੇ ਨਾਮ ਜਪੋ ਅਤੇ ਬਣ ਸਕੋ ਦੇਖ ਤੇ ਫਤਿਹ ਹਰ ਖਾਲਸਾ ਵਾਹਿਗੁਰੂ। ਬਹੁਤ ਵੱਡਾ ਦਿਨ ਹੈ ਖਾਲਸੇ ਲਈ, ਨਾ ਭੁੱਲਣ ਯੋਗ ਹੈ ਨਾ ਇਹ ਭੁੱਲੇ। ਵਾਲੇ ਇਹਨਾਂ ਦੇ ਭਾਈ ਭਾਈਚਾਰਾ ਸਾਡਾ, ਹਿੰਦੂ ਸਿੱਖ ਕੋਈ ਨਹੀਂ ਗਾ, ਪਰ ਇਹ ਜਾਣ ਕੇ ਲੋਕ ਕਰਦੇ ਆ, ਹਿੰਦੂ ਹਿੰਦੂ ਜਾਣ ਕੇ ਕਰਦੇ ਹਿੰਦੂ। ਜੋ 84 ਦੇ ਵਿੱਚ ਜਿਹੜਾ ਸੀ ਇਹ ਜਿਹੜਾ ਅਟੈਕ ਹੋਇਆ ਸੀ, ਉਸਨੂੰ ਹਰ ਵਾਰੀ ਜਿਹੜਾ ਸੰਗਤਾਂ ਯਾਦ ਕਰਦੀਆਂ ਨੇ ਅਤੇ ਦਿਲ ਵਿੱਚ ਦਰਦ ਹਮੇਸ਼ਾ ਹੀ ਜਿਹੜਾ ਰਹੇਗਾ। ਇਸੇ ਪਾਸੇ ਗੱਲਬਾਤ ਕਰ ਲੈਂਦੇ ਹਾਂ ਜੀ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਡੇ ਕੋਲ ਸਿੰਘ ਪਹੁੰਚੇ ਨੇ, ਸਿੰਘਾਂ ਦੇ ਨਾਲ ਗੱਲਬਾਤ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਜਿਹੜਾ ਆਏ ਹੋ ਆਪਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਨਤਮਸਤਕ ਹੋਏ ਹੋ, ਹਾਂਜੀ ਅੱਜ ਦਾ ਦਿਹਾੜਾ ਜਿਹੜਾ ਜੀ ਇਹ ਨਾ ਭੁੱਲਣ ਯੋਗ ਆ। ਇਹ ਅੱਜ ਦੇ ਦਿਹਾੜੇ ਇਸ ਵੇਲੇ ਬਹੁਤ ਗੋਲੀਬਾਰੀ ਹੋ ਰਹੀ ਸੀ, ਉਹੀ ਅਸੀਂ ਵੇਖਣਾ ਵੀ ਇਸ ਟਾਈਮ 'ਤੇ ਕਈ ਕੁਛ ਢਾ ਦਿੱਤਾ ਗਿਆ ਸੀ। 6 ਜੂਨ ਨੂੰ ਜਿਹੜਾ ਬਹੁਤ ਵੱਡਾ ਘੱਲੂਘਾਰਾ ਤੋਪਾਂ ਚਲਾਈਆਂ ਗਈਆਂ ਗੋਲੇ, ਜਿਹੜੇ ਫੌਜ ਨੂੰ ਨਹੀਂ ਚਲਾਉਣੇ ਚਾਹੀਦੇ, ਇੱਕ ਛੋਟੇ ਛੋਟੇ ਤਿਆਰੇ ਉਹ ਉਵੇਂ ਵੀ ਫੜ ਸਕਦੇ ਸੀ ਬਾਬੇ ਨੂੰ, ਬਾਬਾ ਕਿਤੇ ਭੱਜਿਆ ਨਹੀਂ, ਪਰ ਜਾਣ ਕੇ ਸਾਡਾ ਹਰਿਮੰਦਰ ਸਾਹਿਬ ਢਾਇਆ ਗਿਆ ਇਹਨਾਂ ਨੂੰ। ਅਤੇ ਕੀ ਸਰਕਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਕਿਵੇਂ ਦੇਖਦੇ ਹੋ? ਹਾਂਜੀ ਇਹ ਵਿਤਕਰਾ ਕਰਦੇ ਜੀ, ਇਹ ਸਿੱਖ ਇਹੀ ਭਾਈਵਾਲ ਆ ਇਹਨਾਂ ਦੇ ਭਾਈ ਭਾਈਚਾਰਾ ਸਾਡਾ, ਹਿੰਦੂ ਸਿੱਖ ਕੋਈ ਨਹੀਂ ਗਾ, ਪਰ ਇਹ ਜਾਣ ਕੇ ਲੋਕ ਕਰਦੇ ਆ, ਹਿੰਦੂ ਹਿੰਦੂ ਜਾਣ ਕੇ ਕਰਦੇ, ਹਿੰਦੂ ਮਾਰ ਬਾਣੀ ਦੇ ਵਿੱਚ ਕੋਈ ਹਿੰਦੂ ਨਹੀਂ ਗਾ, ਮਤਲਬ ਆਪਸ 'ਚ ਅਸੀਂ ਸਾਰੇ ਇੱਕ ਪੰਜਾਬ ਇਕੱਠੇ ਹਾਂ ਸਾਰੇ ਪਾਉਂਦੀਆਂ, ਸਰਕਾਰਾਂ ਪਾਉਂਦੀਆਂ ਜੀ, ਇਹਨਾਂ ਨੂੰ ਸਮਝਾਉਣੀ ਚਾਹੀਦੀ ਨਾ, ਅਸੀਂ ਤਾਂ ਕੋਈ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਬੀੜੀ ਦੇ ਦੱਕਦੇ ਵੀ ਭਾਈ ਬੀੜੀ ਨਾ ਪੀ, ਇਹ ਜ਼ਹਿਰ ਆ ਤੇਰੇ ਵਾਸਤੇ ਵੀ ਅਤੇ ਸਾਡੇ ਵਾਸਤੇ ਵੀ, ਜਿਹੜਾ ਵਾ ਇਹ ਮਹਾਰਾਜ ਨੇ ਕਿਹਾ ਵਾ ਵੀ ਬੀੜੀ ਤੰਬਾਕੂ ਤੋਂ ਰਹਿਤ ਮਰਿਆਦਾ ਇਹ ਰੱਖਣੀ ਹੈ। ਜਿੰਨੇ ਸਿੱਖ ਸਿੱਖਣੇ ਆ ਇਸ ਟਾਈਮ ਜਿਹੜਾ ਵਾ ਤੁਹਾਡੀ ਜਿਹੜੀ ਵੀਡੀਓ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਹਾਂਜੀ ਉਹਨਾਂ ਨੂੰ ਇਹ ਕਹਾਂਗੇ ਜੀ, ਅੰਮ੍ਰਿਤ ਛਕੋ, ਅੰਮ੍ਰਿਤ ਮੁੰਨੀਆਂ ਦੇ ਖੋਜ ਦੇ ਸੋ ਅੰਮ੍ਰਿਤ ਗੁਰ 'ਤੇ ਪਾਇਆ, ਉਹ ਅੰਮ੍ਰਿਤ ਮੁੰਨੀ ਦੇ ਉੱਤੇ ਜਿਹੜੇ ਪਹਿਲਾਂ ਹਿੰਦੂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਅੰਮ੍ਰਿਤ ਲੱਭਦੇ ਸਮੁੰਦਰ ਰਿੜਕ ਕੇ ਉਹਨਾਂ ਅੰਮ੍ਰਿਤ ਲੱਭਿਆ, ਜਦੋਂ ਸੱਪ ਦਾ ਬਣਾਇਆ ਗਿਆ ਵਾ ਹੈ ਨਾ, ਮੰਥਣ ਕੀਤਾ ਗਿਆ ਵਾ, ਅਤੇ ਉਦੋਂ ਉਹਨਾਂ ਨੇ ਉਹ ਅੰਮ੍ਰਿਤ ਲੱਭਦੇ ਰਹੇ, ਅਤੇ ਉਹੀ ਅੰਮ੍ਰਿਤ ਜਿਹੜਾ ਗੁਰੂ ਸਾਹਿਬ ਨੇ ਬਾਣੀ ਪੜ੍ਹ ਕੇ ਤਿਆਰ ਕੀਤਾ, ਅੰਮ੍ਰਿਤ ਛਕੋ
ਤੇ ਉਹੀ ਅੰਮ੍ਰਿਤੇ ਇਹਨੂੰ ਸਮਝ ਕੇ ਆਪਣਾ ਜਿਹੜਾ ਜੀਵਨ ਸਫਲਾ ਹੁੰਦਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਦੇਖ ਸਕਦੇ ਕਿ ਇਸ ਦਿਹਾੜੇ ਨੂੰ ਛੋਟੇ ਛੋਟੇ ਸਿੰਘਾਂ ਦੇ ਵਿੱਚ ਵੀ ਜਿਹੜਾ ਵਾ ਬੜਾ ਇਸ ਦਿਨ ਨੂੰ ਲੈ ਕੇ ਦਰਦ ਵੀ ਆ ਤੇ ਰੋਸ ਵੀ ਆ। ਅਸੀਂ ਗੱਲ ਕਰ ਲਈ ਕਿ ਸਿੰਘ ਸਾਡੇ ਕੋਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਅੱਜ ਦਾ ਦਿਨ ਤੁਹਾਨੂੰ ਪਤਾ ਕਿੱਡਾ ਵੱਡਾ ਦਿਨ ਆ ਜੀ। ਬਹੁਤ ਵੱਡਾ ਦਿਨ ਹੈ ਖਾਲਸੇ ਲਈ, ਨਾ ਭੁੱਲਣ ਜੋਗਿਆ ਨਾ ਇਹ ਭੁੱਲੇਗਾ। ਹਾਂਜੀ ਤੇ ਖਾਲਸਾ ਜੀ ਆਪਣਾ ਅੱਜ ਦੇ ਦਿਨ ਸਾਡੇ ਕਿੰਨੇ ਅਨੇਕਾਂ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ ਸੀ ਆਪਣਾ, ਹੈ ਨਾ, ਤਾਂ ਕੀ ਸੰਗਤਾਂ ਨੂੰ ਕਹੀਏ ਕਿ ਆਪਣਾ ਜਿਹੜਾ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਿਆ ਕਰੋ, ਤੁਹਾਡੇ ਵੀ ਬੱਚਿਆਂ ਵਰਗੇ ਜਿਹੜੇ ਸ਼ਹੀਦ ਹੋ ਗਏ ਜਾਂ ਤੁਹਾਡੇ ਵੱਡੇ ਵਰਗੇ, ਕੀ ਕਹੋਗੇ ਤੁਸੀਂ? ਗੁਰੂ ਵਾਲੇ ਬਣ ਕੇ ਮਹਾਰਾਜ ਧਿਆਓ ਅਤੇ ਅੰਮ੍ਰਿਤ ਬਾਣੀ ਛਕੋ, ਅੰਮ੍ਰਿਤ ਬਾਣੀ ਪੜ੍ਹੋ ਅਤੇ ਅੰਮ੍ਰਿਤ ਛਕੋ, ਮੋਬਾਈਲ ਤੋਂ ਨਿਕਲ ਕੇ ਵਾਹਿਗੁਰੂ ਦੇ ਨਾਮ ਜਪੋ ਅਤੇ ਵਣ ਛਕੋ, ਦੇਖ ਤੇ ਫਤਿਹ ਖਾਲਸਾ ਵਾਹਿਗੁਰੂ। ਖਾਲਸਾ ਜੀ ਅੱਜ ਦਾ ਜਿਹੜਾ ਦਿਹਾੜਾ ਵਾ ਬੜਾ ਹੀ ਖਾਸ ਵਾ, ਖਾਸ ਇਸ ਕਰਕੇ ਕਿ ਸਾਡੇ ਅਨੇਕਾਂ ਜਿਹੜੇ ਸਿੰਘ ਸਿੰਘਣੀਆਂ ਸੀ ਜਾਂ ਸੰਗਤ ਜਿਹੜੀ ਆਈ ਸੀ ਸ਼੍ਰੀ ਹਰਿਮੰਦਰ ਸਾਹਿਬ ਦੇ ਅਤੇ ਅਟੈਕ ਜਿਹੜਾ ਕਰ ਦਿੱਤਾ ਗਿਆ, ਹੈ ਨਾ, ਸ਼ਹੀਦੀਆਂ ਆਪਣਾ ਕਿੰਨੀਆਂ ਨੇ ਪ੍ਰਾਪਤ ਕੀਤੀਆਂ, ਤੁਸੀਂ ਕਿੱਦਾਂ ਦੇਖਦੇ ਹੋ? ਬਾਬਾ ਜੀ ਇਹ ਬਹੁਤ ਦੁੱਖ ਭਰੀ ਗੱਲ ਆ ਕਿ ਜਦੋਂ ਸ਼ਹੀਦ ਹੋਏ ਸਿੰਘ ਬੱਚਿਆਂ ਨੂੰ ਵੀ ਨਹੀਂ ਛੱਡਿਆ ਗਿਆ, ਬੱਚੇ ਜਦੋਂ ਮਤਲਬ ਮਾਵਾਂ ਮਰ ਚੁੱਕੀਆਂ ਹੈ ਅਤੇ ਬੱਚੇ ਮਾਂ ਦਾ ਦੁੱਧ ਚੁੰਘ ਰਹੇ ਜੋ ਮਰੀ ਹੋਈ ਮਾਂ ਦਾ, ਅੱਜ ਵੀ ਉਹ ਦਿਲ 'ਚ ਮੇਰੇ ਗੱਲ ਵੱਸਦੀ ਹੈ ਜਿਹੜੀ ਆ ਗੱਲ ਮੈਂ ਕਹਿ ਰਿਹਾ ਤੁਹਾਨੂੰ। ਅਤੇ ਆਈਆਂ ਸੰਗਤਾਂ ਆਏ ਜੋ 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 ਸਿੰਘ ਸ਼ਹੀਦ ਹੋਏ ਨੇ, ਬਹੁਤ ਚੜ੍ਹਦੀ ਕਲਾ ਹੈ ਉਹਨਾਂ ਦੀ ਕਿ ਜਿਹੜੇ ਹਰਿਮੰਦਰ ਸਾਹਿਬ ਵਿੱਚ ਸ਼ਹੀਦ ਹੋਏ ਨੇ, ਕਿ ਜੇ ਮੇਰਾ ਜਨਮ ਪਹਿਲਾਂ ਆਇਆ ਹੁੰਦਾ 1984 ਵਿੱਚ ਤਾਂ ਮੈਂ ਵੀ ਉਸ ਵਕਤ ਸ਼ਹੀਦੀ ਪਾਉਂਦਾ। ਬਾਬਾ ਜੀ ਇੱਕ ਗੱਲ ਜਿਹੜੀ ਆ ਅੱਜ ਕੱਲ੍ਹ ਦੇ ਜਿਹੜੀ ਨਵੀਂ ਪੀੜ੍ਹੀ ਆ, ਤੁਸੀਂ ਵੀ ਨਵੀਂ ਪੀੜ੍ਹੀ ਜੋ ਹੋਰ ਪਾਸੇ ਲੱਗੀ ਹੋਈ ਆ, ਦੱਸੋ ਉਹਨਾਂ ਨੂੰ ਵੀ ਕਿੱਧਰ ਨੂੰ ਆਉਣਾ ਚਾਹੀਦਾ, ਸਾਡਾ ਅਸਲ ਜਿਹੜਾ ਮਕਸਦ ਕੀ ਆ? ਬਾਬਾ ਜੀ ਇੱਕ ਜਵਾਕ ਲਾ ਲਓ, ਉਹ 3 ਸਾਲ ਦਾ ਵਾ, ਜਦੋਂ ਉਹ 3 ਸਾਲ ਦਾ ਹੁੰਦਾ ਵਾ ਤਾਂ ਉਹਨੂੰ ਮੋਬਾਈਲ ਫੜਾ ਦਿੰਦੇ ਆ, ਉਹ ਮੋਬਾਈਲ ਨਹੀਂ ਛੱਡਦਾ 18 ਸਾਲ ਦਾ ਹੋ ਜਾਂਦਾ ਵਾ, ਬਾਅਦ ਵਿੱਚ ਉਹਨੂੰ ਇਹ ਦੱਸਦੇ ਹਾਂ ਆਪਾਂ ਕਿ ਆਹ ਸ਼ਾਹਰੁਖ ਖਾਨ ਕੌਣ ਹੈ, ਸਲਮਾਨ ਖਾਨ ਕੌਣ ਹੈ, ਉਹ ਜਿਹੇ ਵਾਲ ਕਟਾ ਲੈਂਦਾ ਵਾ, ਬਾਅਦ 'ਚ ਗੰਦੀ ਪੀੜ੍ਹੀ 'ਚ ਲੱਗ ਜਾਂਦਾ, ਨਸ਼ਾ ਲੱਗ ਜਾਂਦਾ ਵਾ, ਸਾਡੇ ਨਿਹੰਗਾ ਸਿੰਘਾਂ ਦੇ ਹਰ ਦਲ ਪੰਚ ਰਹਿੰਦੇ ਆ, 3 ਸਾਲ ਦੇ ਜਵਾਕਾਂ 'ਚ ਅਸੀਂ ਸ਼ਸਤਰ ਫੜਾ ਦਿੰਦੇ ਹਾਂ ਨਾਲ 'ਚ, ਜਦੋਂ 5 ਸਾਲ ਦਾ ਹੋ ਜਾਂਦਾ ਕਹਿੰਦਾ ਮੈਂ ਸ਼ਹੀਦ ਹੋਣ ਚੱਲਿਆ। ਬਾਬਾ ਜੀ ਵੱਡਾ ਵੱਡਾ ਸਵਾਲ ਜਿਹੜਾ, ਕਿਤੇ ਮਾਤਾ ਪਿਤਾ ਦਾ ਵੀ ਫਿਰ ਅਸਰ ਹੁੰਦਾ, ਮਾਂ ਪਿਓ ਵੱਡੇ ਜਿੱਦਾਂ ਸਿਖਾਉਣਗੇ ਕਹਿੰਦੇ ਬੱਚਾ ਕਿ ਖਾਲੀ ਕਿਤਾਬ ਵਾਂਗੂ ਨੂੰ ਜਿੱਦਾਂ ਲਿਖਾਂਗੇ ਉੱਦਾਂ ਹੀ ਆ, ਮਾਂ ਪਿਓ ਨੂੰ ਵੀ ਹੋਣਾ ਚਾਹੀਦਾ ਨਾ ਫਿਰ ਇਸ ਪੱਖੋਂ ਜਿਹੜਾ, ਹੈ ਨਾ, ਧਿਆਨ ਦੇਣ। ਬਾਬਾ ਜੀ ਇਹ ਜਿਹੜਾ ਆਪਣਾ ਮਾਂ ਪਿਓ ਹੁੰਦਾ ਨਾ, ਹੁਣ ਮੇਰਾ ਮਾਂ ਪਿਓ ਆ, ਹੁਣ ਬਾਣਾ ਪਾਲੇ ਬੰਦਾ ਫਿਰ ਠੀਕ ਗਲਤ ਆ, ਜੇ ਨਸ਼ਾ ਲੱਗ ਜਾਵੇ ਫਿਰ ਠੀਕ ਆ, ਮੈਂ ਸਿੱਧੀ ਗੱਲ ਕਹੂੰਗਾ, ਜਿਹੜੇ ਮਾਂ ਪਿਓ ਆਪਦੇ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇ ਰਹੇ, ਜਾਓ ਕਿਸੇ ਮਾਂ ਪਿਓ ਨੂੰ ਪੁੱਛ ਲਓ ਉਹਦਾ ਜਵਾਬ, ਤੁਹਾਡਾ ਜਵਾਬ ਨਿਹੰਗ ਸਿੰਘ ਬਣ ਜੇ, ਆਂਦਾ ਉਹਨਾਂ ਮਾਂ ਪਿਓ ਨੇ ਕਹਿਣਾ ਆਪਾਂ ਸੁੱਖੇ ਜਿਹੇ ਲਾਉਣਾ, ਆਪਾਂ ਬੱਕਰੇ ਨਹੀਂ ਝਟਕਾਉਂਦੇ ਨੇ, ਅਤੇ ਜਿਹੜੇ ਨਸ਼ਿਆਂ ਲੱਗਣ ਉਹ ਠੀਕ ਆ ਮਾਂ ਪਿਓ ਨੂੰ, ਮੈਂ ਉਹਨਾਂ ਮਾਂ ਪਿਓ ਨੂੰ ਇਹੋ ਗੱਲ ਕਰਨਾ ਚਾਹੁੰਦਾ। ਕੀ ਕਹਿਣਾ ਚਾਹੋਗੇ ਸਾਰੇ ਪੰਜਾਬ ਵਾਸੀਆਂ ਨੂੰ ਜਾਂ ਦੇਸ਼ਾਂ ਵਿਦੇਸ਼ਾਂ ਜਿੰਨੀ ਵੀ ਪੰਜਾਬੀ ਸਾਡਾ ਭਾਈਚਾਰਾ, ਕਿਹੜੀ ਇੱਕ ਲੋੜ ਵਾ ਜਿਹੜਾ ਇਕੱਠੇ ਹੋਣ ਦੀ, ਜਾਂ ਕਿਹੜਾ ਵਾ ਬੜਾ ਪੰਜਾਬ ਬੜੇ ਵੱਡੇ ਮਸਲਿਆਂ 'ਚ ਫਸਿਆ, ਨਸ਼ੇ ਦਾ ਮੁੱਦਾ ਵਾ ਜਾਂ ਹੋਰ ਵੀ ਵੱਡੇ ਮੁੱਦੇ ਨੇ, ਕੀ ਕਹਿਣਾ ਚਾਹੋਗੇ? ਬਾਬਾ ਜੀ ਮੁੱਦਾ ਤਾਂ ਸਾਰੇ ਹੀ ਹੈਗੇ ਆ, ਜੇ ਸਾਰਾ ਪੰਜਾਬ ਇੱਕ ਨਿਹੰਗ ਸਿੰਘ ਬਣ ਜੇ ਫਿਰ, ਜੇ ਸਾਰਾ ਪੰਜਾਬ ਨੀਲਾ ਪਾਣਾ ਪਾਲੇ ਤੇ ਫਿਰ ਕੀ ਹੋਊਗਾ, ਰਾਜ ਹੀ ਹੋਊਗਾ ਖਾਲਸੇ ਦਾ? ਇਹ ਸਮਝਦੇ ਨਹੀਂ ਆ, ਇਹ ਉਲਟਾ ਨਿਹੰਗਾ ਸਿੰਘਾਂ ਨੂੰ ਮਾੜਾ ਕਹਿ ਦਿੰਦੇ ਆ, ਨਿਹੰਗ ਸਿੰਘ ਸੁੱਖਾ ਪੀਂਦੇ ਆ, ਨਿਹੰਗ ਸਿੰਘ ਬੱਕਰੇ ਝਟਕਾਉਂਦੇ ਆ, ਇਹਨਾਂ ਨੂੰ ਆਪ ਨੂੰ ਪਤਾ ਕੀ ਕਰੀ ਫਿਰਦੇ ਆ? ਇਹਨਾਂ ਨੂੰ ਜਿਹੜੇ ਬਾਹਰਲੇ ਮੁਲਕ ਰਹਿੰਦੇ ਵਿਦੇਸ਼ਾਂ ਜਿੱਥੇ ਵੀ ਰਹਿੰਦੇ ਆ, ਉਹਨਾਂ ਨੂੰ ਕਹੋ ਕਿ ਨੀਲੇ ਬਾਣੇ ਪਾਓ, ਨਿਹੰਗ ਸਿੰਘ ਬਣੋ, ਇਹ ਨਸ਼ਿਆਂ ਪੱਤਿਆਂ ਦੇ ਨਾ ਲਾਓ ਉਹਨਾਂ ਨੂੰ, ਬਾਈ ਮੇਰਾ ਮਰਦੇ ਦਮ ਤੱਕ ਦਰਦ ਰਵੇ, ਅਕਾਲ ਤਖਤ ਸਾਹਿਬ ਮੈਂ ਬਣਿਆ ਉਹਦੇ ਥੱਲੇ ਸਟੈਚਰ 'ਚ ਬਣਾਇਆ ਮਹਾਰਾਜ ਵੱਲੋਂ, ਅਤੇ ਉਹ ਵੇਖ ਕੇ ਮੇਰੇ 'ਚ ਦਰਦ ਆ ਗਿਆ ਕਿ ਕਿਵੇਂ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਉਹ ਦਰਦ ਅੱਜ ਤੱਕ ਮੇਰੇ ਦਿਲ 'ਚ ਆ, ਮੈਂ ਜਦੋਂ ਫੋਟੋ ਦੇਖਦਾ ਨਾ ਅਕਾਲ ਤਖਤ ਸਾਹਿਬ ਦੀ,
ਜਦੋਂ ਮੈਂ ਇੱਕ ਮੈਂ ਹੋਰ ਗੱਲ ਕਰ ਜਾਣਾ ਚਾਹੁੰਦਾ, ਪਹਿਲੀ ਵਾਰੀ ਮੈਂ ਹਰਿਮੰਦਰ ਸਾਹਿਬ ਆਇਆ ਸੀ ਰਾਤ ਨੂੰ ਆਪਣੇ ਮਤਲਬ ਉਵੇਂ ਮਾਂ ਪਿਓ ਨਾਲ ਆਉਂਦਾ ਰਿਹਾ ਸੀ ਨਿੱਕਾ ਹੁੰਦਾ, ਜਦੋਂ ਪਹਿਲੀ ਵਾਰੀ ਇਕੱਲਾ ਆਇਆ ਸੀ ਰਾਤ ਨੂੰ, ਉਦੋਂ ਮੇਰੇ ਦਰਦ ਇੱਥੇ ਦਿਲ 'ਚ ਪਿਆ ਸੀ ਕਿ ਇੰਨਾ ਸੋਹਣਾ ਸਥਾਨ ਆ ਹਰਿਮੰਦਰ ਸਾਹਿਬ, ਇੱਥੇ ਕੌਣ ਅਟੈਕ ਕਰ ਸਕਦਾ। ਉਹ ਦਰਦ ਅੱਜ ਤੱਕ ਮੇਰੇ, ਅੱਜ ਵੀ ਜਦੋਂ ਮੈਂ ਹਰਿਮੰਦਰ ਸਾਹਿਬ ਆਉਂਦਾ, ਅਕਾਲ ਤਖਤ ਸਾਹਿਬ ਆਉਂਦਾ, ਅਤੇ ਉਹ ਦਰਦ ਮੇਰੇ ਦਿਲ 'ਚ ਆਉਂਦਾ ਹੀ ਆਉਂਦਾ ਵਾ। ਮਕਸਦ ਤਾਂ ਸਾਡਾ ਇੱਕੋ ਹੀ ਆ, ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਨਸ਼ਾ ਪੱਤਿਆਂ ਦੂਰ ਰਹੋ। ਇਹ ਨਸ਼ਾ ਜਿਹੜਾ ਇਹ ਮਾਰਦਾ ਬੰਦੇ ਨੂੰ, ਕੋਈ ਵੀ ਨਸ਼ਾ ਹੋਵੇ, ਸ਼ਰਾਬ ਹੋਵੇ, ਤੰਬਾਕੂ ਹੋਵੇ, ਸਿਗਰਟ ਹੋਵੇ, ਕੋਈ ਵੀ ਨਿੱਕੇ ਤੋਂ ਨਿੱਕਾ ਨਸ਼ਾ ਹੋਵੇ, ਸਭ ਬੰਦ ਹੋਣਾ ਚਾਹੀਦਾ ਵਾ। ਪਰ ਆਪਣੇ ਪੰਜਾਬ ਵਾਸੀ ਇਹ ਕੰਮ ਨੂੰ ਲੱਗੇ, ਆਪਣੇ ਪੰਜਾਬ ਵਾਸੀ ਹੋਰ ਹੀ ਕੰਮ ਨੂੰ ਲੱਗੇ ਪਏ ਆ। ਭਾਈ ਅੰਮ੍ਰਿਤਪਾਲ ਸਿੰਘ ਜੀ ਆਏ ਸੀ ਇਸ ਪੱਖੋਂ ਆਪਣਾ ਤੋਂ, ਜਿੱਤ ਵੀ ਆਏ ਆ, ਸ਼ਾਇਦ ਕੁਛ ਸਮੇਂ ਤੱਕ ਬਾਹਰ ਵੀ ਨੇ, ਕੀ ਕਹਿਣਾ ਚਾਹੋਗੇ ਬਾਰੇ? ਭਾਈ ਅੰਮ੍ਰਿਤਪਾਲ ਸਿੰਘ ਵਰਗਾ ਜਿਹਦਾ ਕੋਈ ਹੋਇਆ ਨਹੀਂ ਮੈਨੂੰ ਲੱਗਦਾ, ਬਹੁਤ ਚੜ੍ਹਦੀ ਕਲਾ ਭਾਈ ਸਾਹਿਬ ਦੀ, ਜਿਨ੍ਹਾਂ ਨੇ ਨਸ਼ੇ ਨੂੰ ਇੱਕ ਲਾਈਨ 'ਚ ਲਿਆ ਤਾਂ ਨਸ਼ਾ ਹੀ ਖਤਮ ਕਰਤਾ, ਐਂ ਲੱਗ ਗਿਆ ਸੀ ਮੈਨੂੰ। ਪਰ ਜਦੋਂ ਦਾ ਇਹ ਭਗਵੰਤ ਮਾਨ ਆਇਆ, ਇਹਨੇ ਨਸ਼ਾ ਵਧਾਇਆ, ਗੁਰਦੁਆਰਾ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਆ, ਉੱਥੇ ਵੀ ਹਮਲਾ ਕਰਵਾਇਆ, ਅਕਾਲ ਤਖਤ ਸਾਹਿਬ ਨੂੰ ਘੇਰਾ ਪਵਾਇਆ, ਅਨੰਦਪੁਰ ਸਾਹਿਬ ਨੂੰ ਘੇਰਾ ਪਵਾਇਆ, ਅਤੇ ਅੰਮ੍ਰਿਤਪਾਲ ਸਿੰਘ ਵਰਗੇ ਯੋਧਿਆਂ ਨੂੰ ਜੇਲ੍ਹਾਂ 'ਚ ਬੰਦ ਕਰਾਇਆ ਹੈ, ਅਤੇ ਬਹੁਤ ਗਲਤ ਗੱਲ ਆ। ਅਤੇ ਭਾਈ ਸਾਹਿਬ ਫਿਰ ਜੇਲ੍ਹ 'ਚ ਬਾਹਰ ਆਉਣਗੇ ਅਤੇ ਫਿਰ ਨਸ਼ੇ ਦੇ ਖਿਲਾਫ ਜਿੰਨਾ ਜੰਗ ਲੜੀ ਰਹੇਗੀ। ਆਮ ਪਾਰਟੀ ਸਰਕਾਰ ਹੈ, ਸਭ ਤੋਂ ਗੰਦੀ ਸਰਕਾਰ ਆ, ਇਹਨਾਂ ਨੇ ਸਿੱਧਾ ਗੁਰਦੁਆਰਿਆਂ ਨਿਸ਼ਾਨਾ ਬਣਾਇਆ। ਤੁਸੀਂ ਆਹ ਵੇਖ ਲਓ ਸਕਰੀਨਾਂ 'ਤੇ ਭਗਵੰਤ ਮਾਨ ਦੀ ਫੋਟੋ, ਜਿੱਥੇ ਇੰਨੀ ਸੋਹਣੀ ਬਾਣੀ ਚੱਲਦੀ ਸੀ, ਮੈਂ ਤਾਂ ਵੇਖ ਕੇ ਬਹੁਤ ਚੰਗਾ ਲੱਗਦਾ ਸੀ, ਉੱਥੇ ਹੁਣ ਭਗਵੰਤ ਮਾਨ ਆ ਜਾਂਦਾ ਵਿੱਚ। ਇਹ ਬਹੁਤ ਗਲਤ ਗੱਲ ਹੈਗੀ, ਚਲੋ ਜੋ ਤੂੰ ਬਾਹਰ ਕਰਨਾ ਕਰੀਆ, ਪਰ ਗੁਰਦੁਆਰਿਆਂ 'ਤੇ ਨਾ ਕਰ। ਅਸੀਂ ਗੁਰੂ ਦੀਆਂ ਫੌਜਾਂ, ਬੁੱਢੇ ਦਲ ਤੋਂ ਤਰਨਾ ਦਲ ਕੋਲ ਇੰਨੀ ਰਫਲੇ ਆ ਨਾ ਬਾਬਾ ਜੀ, ਅਸੀਂ ਪੂਰੇ ਹਿੰਦੁਸਤਾਨ 'ਤੇ ਕਬਜ਼ਾ ਕਰ ਸਕਦੇ ਹਾਂ, ਪਰ ਅਸੀਂ ਤਾਂ ਚੁੱਪ ਬਹਿ ਜਾਂਦੇ ਹਾਂ ਕਿਉਂਕਿ ਆਪਣੇ ਦੇਸ਼ ਦਾ ਅਤੇ ਆਪਣੀ ਜਿਹੜੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ। ਕਿ ਇਹਨਾਂ ਦੀ ਕੀ ਜ਼ਰੂਰਤ ਆ ਬਾਬਾ ਜੀ, ਅਸੀਂ ਤਾਂ ਇੱਕ ਹੀ ਹਾਂ ਸਾਰੇ, ਅਸੀਂ ਤਾਂ ਇੱਕ ਹੀ ਹਾਂ, ਇੱਕੋ ਨਾਲ ਹੀ ਹਾਂ ਸਿੰਘ। ਕੋਈ ਵੀ ਆ ਜਾਏ, ਜੇ ਮੋਨਾ ਆ ਜਾਏ, ਉਹ ਸਾਨੂੰ ਫਤਿਹ ਬੁਲਾਉਂਦਾ, ਅਸੀਂ ਵੀ ਫਤਿਹ ਬੁਲਾਉਂਦੇ ਹਾਂ। ਇਹ 'ਚ ਕੋਈ ਗਲਤ ਗੱਲ ਆ? ਉਹ ਰਾਮ ਰਾਮ ਬੁਲਾਵੇ, ਅਸੀਂ ਵੀ ਰਾਮ ਰਾਮ ਬੁਲਾ ਲੈਂਦੇ ਹਾਂ। ਜਿਹੜਾ ਨਸ਼ਾ ਕਰਦਾ, ਜੋ ਵੀ ਕਰਦਾ, ਨਿੱਕਾ ਹੋਵੇ ਵੱਡਾ, ਉਹ ਸਾਡਾ ਭਰਾ ਨਹੀਂ, ਮੈਂ ਉਹਨੂੰ ਉਹ ਸਾਡਾ ਦੁਸ਼ਮਣ ਜੇ ਕਿਸੇ ਵੀ ਭਾਈਚਾਰੇ ਦਾ ਹੋਵੇ। ਹਾਂ, ਕਿਸੇ ਵੀ ਭਾਈਚਾਰਾ ਦਾ ਹੋਵੇ, ਕੋਈ ਵੀ ਨਸ਼ਾ ਕਰਦਾ, ਉਹ ਸਾਡਾ ਦੁਸ਼ਮਣ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਕਰਾਂ ਜਾਵੇ, ਨਿਆਲ ਵੱਜ ਜਾਵੇ, ਸੰਤ ਗਿਆਨ ਜੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਮਨ ਨੂੰ ਭਾਵੇ। ਸੋ ਇਹ ਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਮੁਲਾਕਾਤ ਅਸੀਂ ਸਿੰਘ ਵੀਰਾਂ ਦੇ ਨਾਲ ਕੀਤੀ, ਅਤੇ ਉਹਨਾਂ ਦੱਸਿਆ ਕਿ ਦਰਦ ਜਿਹੜਾ ਵਾ ਹਾਲੇ ਵੀ ਦਿਲ ਦੇ ਵਿੱਚ ਹੈਗਾ ਅਤੇ ਇਹ ਹਮੇਸ਼ਾ ਹੀ ਰਹੂਗਾ। ਸੋ ਜਿੰਨੇ ਵੀ ਸਾਡੇ ਸਿੰਘ ਸਿੰਘਣੀਆਂ ਜਾਂ ਸ਼ਹੀਦ ਸਿੰਘ ਹੋਏ ਨੇ ਜਾਂ ਸੰਗਤਾਂ ਹੋਈਆਂ ਨੇ, ਗੁਰੂ ਸਾਹਿਬ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਜਿਹੜਾ ਜ਼ਰੂਰ ਦੇਣ। ਇਹਨਾਂ ਦੀਆਂ ਹੋਰ ਜਿਹੜੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ। ਮੈਂ ਤੁਹਾਡਾ ਦੋਸਤ ਹੋਸਟ ਮਿੱਤਰ ਲਵਗਿਲ ਸ਼ਾਹ, ਮੇਰੇ ਨਾਲ ਕੈਮਰਾਮੈਨ ਸੰਦੀਪ ਸੈਂਡੀ, ਵਰਲਡ ਪੋਸਟ ਦੀਆਂ।